ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਇੰਪੋਰਟੈਂਟ ਵਲੌਗ ਹੈ ਅੱਜ ਦਾ, ਅਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ ਹੈ ਕੈਨੇਡਾ ਦਾ ਸਕਸੈਸ ਰੇਟ, ਜਾਂ ਕਹਿ ਸਕਦੇ ਹੋ ਕਿ ਕੈਨੇਡਾ ਦਾ ਵੀਜ਼ਾ ਟ੍ਰੈਂਡ ਕੀ ਚੱਲ ਰਿਹਾ ਹੈ। ਕਿ ਵਾਕਈ ਕੈਨੇਡਾ ਤੋਂ ਵੀਜ਼ੇ ਆਉਣੇ ਬੰਦ ਹੋ ਗਏ, ਕਿਉਂਕਿ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵੀ ਘੁੰਮ ਰਹੀਆਂ ਨੇ, ਜਾਂ ਫਿਰ ਕਈ ਏਜੰਟ ਇਹ ਵੀ ਕਹਿ ਰਹੇ ਨੇ ਕਿ ਵੀਜ਼ਾ ਦਾ ਜਿਹੜਾ ਸਕਸੈਸ ਰੇਟ ਹੈ ਉਹ 100% ਚੱਲ ਰਿਹਾ ਹੈ, ਸਾਡਾ ਹੁਣ ਤੱਕ ਕੋਈ ਵੀਜ਼ਾ ਰਿਫਿਊਜ਼ ਨਹੀਂ ਹੋਇਆ। ਕਈ ਏਜੰਟਾਂ ਵੀ ਕਹਿੰਦੇ ਨੇ ਕਿ ਜੇਕਰ ਵੀਜ਼ਾ ਰਿਫਿਊਜ਼ ਹੋ ਜੇ ਤਾਂ ਸਾਡੇ ਤੋਂ 50,000 ਰੁਪਏ ਤੁਸੀਂ ਲੈ ਕੇ ਚਲੇ ਜਾਇਓ। ਇੰਨੀ ਗਰੰਟੀ ਅਤੇ ਇੰਨੀ ਅਸ਼ੋਰਟੀ ਜਿਹੜੀ ਹੈ ਉਹ ਏਜੰਟ ਲੈ ਰਹੇ ਨੇ। ਹੁਣ ਐਕਚੁਅਲ ਦੇ ਵਿੱਚ ਜਿਹੜਾ ਏਜੰਟ ਹੈ ਉਹਦੀ ਦੁਕਾਨਦਾਰੀ ਹੁੰਦੀ ਹੈ, ਅਤੇ ਉਹ ਤੁਹਾਨੂੰ ਐਕਚੁਅਲ ਦੇ ਵਿੱਚ ਕਦੇ ਵੀ ਨਹੀਂ ਦੱਸਦਾ ਜੋ ਉਸਦੀ ਦੁਕਾਨਦਾਰੀ ਦੇ ਖਿਲਾਫ ਹੋਵੇ। ਕੋਈ ਸਿਰਫ ਇਸ ਕਹਿ ਸਕਦੇ ਹਾਂ ਟ੍ਰੈਂਡ ਨੂੰ ਪੋਜ਼ਿਟਿਵ ਪੋਜ਼ਿਟਿਵ ਕਹਿ ਰਿਹਾ ਹੈ, ਅਤੇ ਕੁਛ ਲੋਕ ਇਸ ਨੂੰ ਬਹੁਤ ਨੈਗੇਟਿਵ ਕਹਿ ਰਹੇ ਨੇ। ਸੋ ਐਕਚੁਅਲ ਦੇ ਵਿੱਚ ਮੇਰੀ ਕੈਲਕੂਲੇਸ਼ਨ ਕੀ ਕਹਿੰਦੀ ਹੈ, ਕਿਉਂਕਿ ਮੋਸਟਲੀ ਕੀ ਹੁੰਦਾ ਹੈ, ਮੇਰੇ ਕੋਲ ਵੱਖਰੇ ਵੱਖਰੇ ਏਜੰਟਸ ਤੋਂ ਫਾਈਲ ਲਵਾਉਣ ਤੋਂ ਬਾਅਦ ਕਈ ਕੁਐਰੀਜ਼ ਆਉਂਦੀਆਂ ਨੇ ਜੋ ਤੁਹਾਡੇ ਵਰਗੇ ਕਹਿ ਸਕਦੇ ਚਾਹੁਣ ਵਾਲਿਆਂ ਫੋਲੋਵਰ ਜਿਹੜੇ ਨੇ ਉਹ ਡਿਸਕਸ ਕਰਦੇ ਨੇ ਫੋਨ 'ਤੇ। ਸੋ ਉਹਨਾਂ ਦੇ ਹਿਸਾਬ ਦੇ ਨਾਲ ਅਤੇ ਜੋ ਮੈਂ ਓਬਜ਼ਰਵ ਕੀਤਾ ਉਸ ਹਿਸਾਬ ਦੇ ਨਾਲ ਕੈਨੇਡਾ ਦਾ ਟ੍ਰੈਂਡ ਕੀ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ 'ਚ ਕੋਈ ਬਦਲਾਅ ਹੋ ਸਕਦਾ ਜਾਂ ਨਹੀਂ ਹੋ ਸਕਦਾ, ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਟਿਪਸ ਨੋਟ ਐਸ ਓ ਪੀ ਹੈਲਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਬੜੀ ਕਲੀਅਰ ਢੰਗ ਦੇ ਨਾਲ ਦੱਸ ਦੇਵਾਂ ਕਿ ਕਦੇ ਵੀ ਵੀਜ਼ਾ ਟ੍ਰੈਂਡ ਨੂੰ ਕੋਈ ਇੱਦਾਂ ਦਾ ਕਹਿ ਸਕਦਾ ਕਿ ਕੋਈ ਸਕੇਲ ਨਹੀਂ ਹੈਗੀ ਜਿਸ ਤੋਂ ਮਾਪਿਆ ਜਾ ਸਕੇ ਕਿ ਵੀਜ਼ਾ ਟ੍ਰੈਂਡ ਐਕਚੁਅਲ ਦੇ ਵਿੱਚ ਕੀ ਚੱਲ ਰਿਹਾ। ਦਰਅਸਲ ਹੁੰਦਾ ਕੀ ਹੈ ਕਿ ਕਈ ਵਾਰੀ ਜਦੋਂ ਚੰਗੀਆਂ ਫਾਈਲ ਰਿਜੈਕਟ ਹੋਣ ਲੱਗ ਪੈਣ, ਮਾੜੀਆਂ ਪ੍ਰੋਫਾਈਲ 'ਤੇ ਕਈ ਟਾਈਮ ਵੀਜ਼ਾ ਆਉਣਾ ਸ਼ੁਰੂ ਹੋ ਜਾਵੇ, ਇਸ ਨੂੰ ਹੀ ਅਕਸਰ ਟ੍ਰੈਂਡ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਸੋ ਓਵਰਆਲ ਜੇਕਰ ਗੱਲ ਕੀਤੀ ਜਾਵੇ ਤਾਂ ਹੁੰਦਾ ਕੀ ਹੈ ਕਿ ਜੇਕਰ ਚੰਗੀਆਂ ਪ੍ਰੋਫਾਈਲ ਵੀ ਰਿਜੈਕਟ ਹੋਣ ਤਾਂ ਕਿਹਾ ਜਾਂਦਾ ਜੀ ਮਾੜਾ ਟ੍ਰੈਂਡ ਚੱਲ ਰਿਹਾ ਹੈ, ਅਤੇ ਜੇਕਰ ਹਲਕੀਆਂ ਜਾਂ ਮਾੜੀਆਂ ਪ੍ਰੋਫਾਈਲ ਨੂੰ ਵੀ ਵੀਜ਼ਾ ਦਿੱਤਾ ਜਾਵੇ ਜੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਤਾ ਗਿਆ, ਤਾਂ ਉਸ ਨੂੰ ਵੀਜ਼ਾ ਟ੍ਰੈਂਡ ਅੱਛਾ ਬੋਲਿਆ ਜਾਂਦਾ ਹੈ। ਸੋ ਇੱਕ ਇੱਕ ਕਰਕੇ ਗੱਲ ਕਰਾਂਗੇ। ਪਹਿਲਾਂ ਆਪਾਂ ਵਿਜ਼ਟਰ ਵੀਜ਼ਾ ਦੀ, ਟੂਰਿਸਟ ਵੀਜ਼ਾ ਦੀ ਗੱਲ ਕਰਾਂਗੇ, ਫਿਰ ਆਪਾਂ ਕਰਾਂਗੇ ਸਟੂਡੈਂਟ ਵੀਜ਼ਾ ਦੀ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵਰਕ ਪਰਮਿਟ ਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਵਿਜ਼ਟਰ ਅਤੇ ਟੂਰਿਸਟ ਵੀਜ਼ਾ ਲਗਾਇਆ ਹੈ ਤਾਂ ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਸਕਸੈਸ ਰੇਟ ਹੈ ਉਹ ਕੀ ਰਹਿ ਸਕਦਾ। ਦੇਖੋ, ਜੇ ਤਾਂ ਤੁਸੀਂ ਕਿਤੇ ਸਪੋਂਸਰਸ਼ਿਪ ਮੰਗਵਾਈ ਹੈ, ਤੁਹਾਡਾ ਕੋਈ ਉੱਥੇ ਕਹਿ ਸਕਦੇ ਬੱਚਾ ਪੜ੍ਹਾਈ ਕਰ ਰਿਹਾ ਹੈ ਵਰਕ ਪਰਮਿਟ 'ਤੇ ਹੈ, ਜਾਂ ਆਪਣੇ ਬੱਚੇ ਨੂੰ ਮਿਲਣ ਵਾਸਤੇ ਜਾਣਾ ਚਾਹੁੰਦੇ ਹੋ, ਜਾਂ ਆਪਣੇ ਸਗੇ ਸੰਬੰਧੀ ਨੂੰ ਮਿਲਣ ਜਾਣਾ ਚਾਹੁੰਦੇ ਹੋ ਜਿਸ ਦੇ ਨਾਲ ਤੁਸੀਂ ਆਪਣਾ ਰਿਲੇਸ਼ਨ ਪਰੂਫ ਕਰ ਸਕਦੇ ਹੋ, ਉਸ ਕਹਿ ਸਕਦੇ ਹਾਂ ਕਿ ਉਸ ਹਿਸਾਬ ਦੇ ਨਾਲ ਤੁਹਾਡਾ ਸਕਸੈਸ ਰੇਟ ਜਿਹੜਾ ਉਹ ਥੋੜ੍ਹਾ ਠੀਕ ਹੈ ਕੰਪੈਰੀਜ਼ਨ ਟੂ ਅਦਰ ਦੇ। ਜੇਕਰ ਤੁਹਾਡਾ ਬੱਚਾ ਕੈਨੇਡਾ ਦੇ ਵਿੱਚ ਹੈ, ਤੁਸੀਂ ਕਨਵੋਕੇਸ਼ਨ 'ਤੇ ਜਾ ਰਹੇ ਹੋ, ਉਹਨੂੰ ਮਿਲਣ ਵਾਸਤੇ ਜਾ ਰਹੇ ਹੋ, ਬਹੁਤ ਟਾਈਮ ਹੋ ਗਿਆ, 2 ਸਾਲ ਹੋ ਗਏ, 1.5 ਸਾਲ ਹੋ ਗਿਆ, ਬੱਚੇ ਨੂੰ ਨਹੀਂ ਦੇਖਿਆ, ਬੱਚਾ ਤੁਹਾਡਾ ਤੁਹਾਨੂੰ ਸਪੋਂਸਰ ਕਰ ਰਿਹਾ, ਤਾਂ ਉਸ ਕੇਸ ਦੇ ਵਿੱਚ ਵੀਜ਼ਾ ਆਉਣ ਦੇ ਚਾਂਸਿਸ ਤਕਰੀਬਨ 70-80% ਨੇ, ਯਾਨੀ ਕਿ ਬਹੁਤ ਚੰਗਾ ਵੀਜ਼ਾ ਡਿਸੀਜਨ ਜਿਹੜਾ ਉਹ ਆਉਂਦਾ ਹੈਗਾ।
ਸੋ ਇਹ ਖਾਸ ਕਰਕੇ ਮਾਪਿਆਂ ਦਾ ਅਤੇ ਜਿਹੜੇ ਸਗੇ ਸੰਬੰਧੀ ਨੇ ਉਹਨਾਂ ਦੀ ਗੱਲ ਕਰ ਰਿਹਾ ਕਿ ਤਕਰੀਬਨ 80% ਰਿਜ਼ਲਟ ਉਹਨਾਂ ਦੇ ਪੋਜ਼ਿਟਿਵ ਆਉਂਦੇ, ਯਾਨੀ 10 ਵੀਜ਼ੇ ਜੇਕਰ ਤੁਸੀਂ ਲਗਾਉਂਦੇ ਹੋ ਤਕਰੀਬਨ 8 ਵੀਜ਼ੇ ਜਿਹੜੇ ਆ ਉਹ ਅਪਰੂਵ ਹੁੰਦੇ ਨੇ। ਸੋ ਉਹਨਾਂ ਦਾ ਟ੍ਰੈਂਡ ਅੱਛਾ ਚੱਲ ਰਿਹਾ ਹੈ ਜੇਕਰ ਉਹਨਾਂ ਦੀ ਪ੍ਰੋਫਾਈਲ ਠੀਕ ਹੈਗੀ ਹੈ। ਕਿਸੇ ਦੀ ਪ੍ਰੋਫਾਈਲ ਜ਼ਿਆਦਾ ਮਾੜੀ ਹੈਗੀ ਹੈ ਤਾਂ ਰਿਜੈਕਟ ਹੁੰਦਾ, ਨਹੀਂ ਤਾਂ ਮੋਸਟ ਆਫ ਅਪਰੂਵਲ ਹੀ ਆਉਂਦੀ ਹੈ। ਇਹ ਤਾਂ ਹੋ ਗਿਆ ਮਾਂ ਪਿਓ ਵਾਸਤੇ ਜਾਂ ਫਿਰ ਤੁਹਾਡੇ ਸਗੇ ਸੰਬੰਧੀ ਵਾਸਤੇ ਜਿਹੜੇ ਸਪੋਂਸਰਸ਼ਿਪ 'ਤੇ ਜਾ ਰਹੇ। ਦੂਜਾ ਜੁਗਾੜ ਵਾਲੀ ਸਪੋਂਸਰਸ਼ਿਪ, ਜਿਸ ਤਰ੍ਹਾਂ ਏਜੰਟ ਕਿਸੇ ਦੀ ਸਪੋਂਸਰਸ਼ਿਪ ਚੱਕ ਕੇ ਕਿਸੇ ਨੂੰ ਠੋਕੀ ਜਾ ਰਿਹਾ, ਕੁਝ ਵੀ ਕਰੀ ਜਾ ਰਿਹਾ ਸਪੋਂਸਰਸ਼ਿਪ ਦੇ ਨਾਮ ਦੇ ਉੱਤੇ। ਈਵਨ ਕਿ ਹੈਰਾਨ ਕਰਨ ਵਾਲਾ ਇੱਕ ਇੱਦਾਂ ਵੀ ਯੂਪੀ ਤੋਂ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਦੇ ਵਿੱਚ ਜਿਸ ਨੇ ਸਪੋਂਸਰ ਕੀਤਾ ਉਹ ਖੁਦ ਹੀ ਨਹੀਂ ਕੈਨੇਡਾ ਕਦੇ ਗਿਆ। ਸੋ ਉਸਦੇ ਹੀ ਪਿੰਡ ਦੇ ਇੱਕ ਬੰਦੇ ਦਾ ਕਹਿ ਸਕਦੇ ਆ ਕਿ ਪਾਸਪੋਰਟ ਯੂਜ਼ ਕਰ ਲਿਆ ਗਿਆ, ਉਹਦੇ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਮੈਨੂਪਲੇਟ ਕਰਕੇ ਲਗਾ ਦਿੱਤੀ ਗਈ ਕਿ ਉਹ ਸਪੋਂਸਰ ਕਰ ਰਿਹਾ, ਅਤੇ ਦੂਜੇ ਉਸੇ ਪਿੰਡ ਦੇ ਹੀ ਕਹਿ ਸਕਦੇ ਮੁੰਡੇ ਨੂੰ ਜਿਹੜਾ ਉਹ ਵੀਜ਼ਾ ਗ੍ਰਾਂਟ ਕਰ ਦਿੱਤਾ ਗਿਆ। ਜਦੋਂ ਵੀਜ਼ਾ ਆ ਗਿਆ ਪਾਸਪੋਰਟ ਸਟੈਂਪ ਹੋਣ ਗਿਆ, ਉਸ ਤੋਂ ਬਾਅਦ ਪਾਸਪੋਰਟ ਮੁੜਿਆ ਹੀ ਨਹੀਂ, ਮਿਨਿਸਟਰੀ ਆਫ ਐਕਸਟਰਨਲ ਅਫੇਅਰ ਗਿਆ, ਅਤੇ ਉਸ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਜਿਹੜਾ ਉਹ ਤਕਰੀਬਨ 6-6.5 ਮਹੀਨੇ ਬਾਅਦ ਉਹਨਾਂ ਦੇ ਹੱਥ ਲੱਗਾ। ਸੋ ਜੁਗਾੜ ਵਾਲੀਆਂ ਸਪੋਂਸਰਸ਼ਿਪ ਹੋ ਗਈਆਂ ਉਹਨਾਂ 'ਤੇ ਜਿੱਥੇ ਤੁਸੀਂ ਰਿਲੇਸ਼ਨਸ਼ਿਪ ਨਹੀਂ ਜਸਟੀਫਾਈ ਕਰ ਪਾਉਂਦੇ। ਵੀਜ਼ਾ ਸਕਸੈਸ ਰੇਟ ਲਗਭਗ 50-50 ਹੈ, ਯਾਨੀ 50% ਵੀਜ਼ਾ ਆਉਂਦੇ ਆ, 50% ਰਿਜੈਕਟ ਹੁੰਦੇ ਆ। ਉਸ ਤੋਂ ਬਾਅਦ ਜਿਹੜੇ ਹੋਟਲ ਬੁਕਿੰਗਸ ਦੇ ਵੀਜ਼ੇ ਲੱਗਦੇ ਨੇ, ਜੇਕਰ ਤੁਹਾਡੀ ਪ੍ਰੋਫਾਈਲ ਬਹੁਤ ਅੱਛੀ ਹੈ, ਜੇਕਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਦਮ ਹੈਗਾ ਹੈ ਤਾਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ। ਜੇ ਮਾੜੀਆਂ ਪ੍ਰੋਫਾਈਲ ਦੀ ਗੱਲ ਕਰ ਲਈਏ ਜਾਂ ਉਹਨਾਂ ਦੀ ਪ੍ਰੈਜੈਂਟੇਸ਼ਨ, ਜਿਸ ਤਰ੍ਹਾਂ ਕਹਿੰਦੇ ਕਵਰਿੰਗ ਲੈਟਰ ਵਧੀਆ ਨਾ ਬਣ ਪਾਵੇ, ਜਾਂ ਫਿਰ ਜਿਹੜਾ ਹੋਟਲ ਹੈ ਉਸ ਤੋਂ ਜਿਹੜੇ ਘੁੰਮਣ ਦੀ ਲੋਕੇਸ਼ਨ ਹੈ ਉਸਦੀ ਡਿਸਟੈਂਸ ਆਪਸ ਦੇ ਵਿੱਚ ਮੈਚ ਨਾ ਕਰਾ ਪਾਈਏ, ਜਾਂ ਫਿਰ ਕਹਿ ਸਕਦੇ ਕਿ ਚੰਗੀ ਤਰ੍ਹਾਂ ਪ੍ਰੋਫਾਈਲ ਦੀ ਜਸਟੀਫਿਕੇਸ਼ਨ ਨਾ ਬਣਾ ਪਾਈਏ, ਤਾਂ ਉਸ ਕੰਡੀਸ਼ਨ ਦੇ ਵਿੱਚ ਉਹ ਫਾਈਲ ਜਿਹੜੀਆਂ ਨੇ ਉਹ ਰਿਜੈਕਟ ਹੋ ਜਾਂਦੀਆਂ। ਪਰ ਜੇ ਵਧੀਆ ਬਣ ਗਈ ਪ੍ਰੈਜੈਂਟੇਸ਼ਨ, ਵਧੀਆ ਹੋਟਲ ਸਿਲੈਕਸ਼ਨ ਹੈ, ਵਧੀਆ ਢੰਗ ਦੇ ਨਾਲ ਫਾਈਲ ਪ੍ਰਜੈਂਟ ਕੀਤੀ ਗਈ, ਕਵਰ ਲੈਟਰ ਵਗੈਰਾ ਅਤੇ ਡਾਕੂਮੈਂਟੇਸ਼ਨ ਜਿਹੜੀ ਹੈ ਜੋ ਰਿਕੁਆਇਰਡ ਆ ਉਹ 100% ਲਗਾਈ ਗਈ, ਤਾਂ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ। ਸੋ ਇਹਦਾ ਜਿਹੜਾ ਸਕਸੈਸ ਰੇਟ ਹੈ ਉਹ ਜੇ ਜੁਗਾੜ ਵਾਲੀ ਸਪੋਂਸਰਸ਼ਿਪ ਦੀ ਗੱਲ ਕੀਤੀ ਜਾਵੇ ਉਹਦੇ ਆਲੇ ਦੁਆਲੇ ਹੀ ਹੈ, ਤਕਰੀਬਨ 50-60% ਹੀ ਵੀਜ਼ਾ ਅਪਰੂਵਲ ਰੇਟ ਹੈ। ਜੇ 10 ਫਾਈਲਸ ਤੁਸੀਂ ਲਗਾਉਂਦੇ ਹੋ, ਜੇ ਚੰਗਾ ਏਜੰਟ ਹੈ ਤਾਂ ਤਕਰੀਬਨ 5-6 ਫਾਈਲ ਅਪਰੂਵ ਹੁੰਦੀਆਂ ਨੇ, 4 ਫਾਈਲ ਰਿਜੈਕਟ ਹੁੰਦੀ। ਸੋ ਇਹ ਮੈਂ ਓਵਰਆਲ ਜਿਹੜਾ ਕੰਕਲੂਜ਼ਨ ਕੱਢਿਆ ਵਿਜ਼ਟਰ ਅਤੇ ਟੂਰਿਸਟ ਦੇ ਕੇਸ ਦੇ ਵਿੱਚ। ਉਸ ਤੋਂ ਬਾਅਦ ਗੱਲ ਕਰ ਲਈਏ ਸਟੱਡੀ ਵੀਜ਼ੇ ਦੀ। ਸਟੱਡੀ ਵੀਜ਼ੇ ਦਾ ਜੇਕਰ ਤੁਹਾਡਾ ਕੋਰਸ ਸਿਲੈਕਸ਼ਨ ਸਹੀ ਹੈ, ਕੋਰਸ ਸਿਲੈਕਸ਼ਨ ਦਾ ਮਤਲਬ ਲਾਸਟ ਕੁਆਲੀਫਿਕੇਸ਼ਨ, ਗੈਪ ਜਸਟੀਫਿਕੇਸ਼ਨ ਅਤੇ ਨੈਕਸਟ ਕੋਰਸ ਇੱਕ ਦੂਜੇ ਦੇ ਨਾਲ ਚੀਜ਼ਾਂ ਅਲਾਈਨ ਕਰਦੀਆਂ ਨੇ, ਤਾਂ ਵੀਜ਼ਾ ਬਹੁਤ ਸੌਖਾ ਨਿਕਲ ਰਿਹਾ ਹੈ। ਉਸ ਤੋਂ ਬਾਅਦ ਤੁਹਾਡਾ ਲੈਂਗੁਏਜ ਐਬਿਲਿਟੀ ਟੈਸਟ ਜਿਹੜਾ ਹੈ ਓਵਰਆਲ 6 ਹੈਗਾ ਹੈ, ਤਾਂ ਵੀਜ਼ਾ ਬਹੁਤ ਆਰਾਮ ਨਾਲ ਆ ਰਿਹਾ। ਜੇ ਈਚ 6 ਹੈਗਾ ਹੈ ਤਾਂ ਵੀਜ਼ਾ ਆਉਣ ਦੇ ਵਿੱਚ ਪ੍ਰੋਬਲਮ ਨਹੀਂ ਹੋ ਰਹੀ। ਰਿਜੈਕਟ ਜਿਹੜੀਆਂ ਫਾਈਲਸ ਹੋ ਰਹੀਆਂ ਨੇ ਜਾਂ ਤਾਂ ਕੋਰਸ ਸਿਲੈਕਸ਼ਨ ਦੇ ਵਿੱਚ ਪ੍ਰੋਬਲਮ ਹੈਗੀ ਹੈ, ਜਾਂ ਗੈਪ ਜਸਟੀਫਿਕੇਸ਼ਨ 'ਚ ਪ੍ਰੋਬਲਮ ਹੈਗੀ ਹੈ, ਜਾਂ SOP ਜਿਹਨੂੰ ਸਟੇਟਮੈਂਟ ਆਫ ਪਰਪਸ ਕਿਹਾ ਜਾਂਦਾ ਹੈ ਉਹਦੇ ਵਿੱਚ ਪ੍ਰੋਬਲਮ ਹੈਗੀ ਹੈ, ਉਹਦੇ ਵਿੱਚ ਜਿਹੜਾ ਫਿਊਚਰ ਗੋਲ ਹੈ ਉਹ ਚੰਗੀ ਤਰ੍ਹਾਂ ਜਸਟੀਫਾਈ ਨਹੀਂ ਹੈਗਾ, ਤਾਂ ਉਸ ਕੰਡੀਸ਼ਨ ਦੇ ਵਿੱਚ ਵੀਜ਼ੇ ਜਿਹੜੇ ਉਹ ਰਿਜੈਕਟ ਹੋ ਜਾਂਦੇ ਆ। ਪਰ ਜੇਕਰ ਤੁਸੀਂ ਸਹੀ ਢੰਗ ਨਾਲ ਐਕਸਪਲੇਨ ਕੀਤਾ ਹੈ ਤਾਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ, ਉਸ ਕੇਸ ਦੇ ਵਿੱਚ ਵੀ, ਸਟੱਡੀ ਵੀਜ਼ਾ ਦੇ ਕੇਸ ਦੇ ਵਿੱਚ। ਸਟੱਡੀ ਵੀਜ਼ਾ ਦਾ ਜੇਕਰ ਓਵਰਆਲ ਸਕਸੈਸ ਰੇਟ ਦੀ ਗੱਲ ਕੀਤੀ ਜਾਵੇ ਤਕਰੀਬਨ 70% ਦੇ ਲਾਗੇ ਬੰਨੇ, 70-80% ਜਿਹੜਾ ਉਹ ਸਕਸੈਸ ਰੇਟ ਹੈਗਾ ਹੈ, ਯਾਨੀ ਚੰਗਾ ਸਕਸੈਸ ਰੇਟ ਹੈ, ਇੰਨਾ ਮਾੜਾ ਨਹੀਂ ਹੈਗਾ। ਹਾਂ, ਜਿਹੜਾ ਉਹਨਾਂ ਦਾ ਕੈਪ ਹੈ ਉਸ ਨੂੰ ਦੇਖਦੇ ਹੋਏ ਥੋੜ੍ਹੇ ਜਿਹੇ ਰਿਫਿਊਜ਼ਲ ਜਿਹੜੇ ਆ ਉਹ ਪਹਿਲਾਂ ਨਾਲੋਂ ਵਧਿਆ, ਜਿਹੜਾ ਕਦੇ 80-85 ਹੁੰਦਾ ਸੀਗਾ ਉਹ ਹੁਣ ਘੱਟ ਕੇ 70% ਦੇ ਲਾਗੇ ਬੰਨੇ ਰਹਿ ਗਿਆ।
ਪਰ ਹੁਣ ਵੀ ਜੇਕਰ ਕੋਰਸ ਕਾਲਜ ਅਤੇ ਕੋਰਸ ਦਾ ਸਿਲੈਕਸ਼ਨ ਕੋਰਸ ਪ੍ਰੋਗਰੈਸ਼ਨ ਉਸ ਤੋਂ ਬਾਅਦ ਇੱਥੇ ਕੈਨੇਡਾ ਦੇ ਕੈਨੇਡਾ ਤੋਂ ਸਟੱਡੀ ਕਰਕੇ ਆ ਕੇ ਵਾਪਸ ਮੁੜ ਕੇ ਇੰਡੀਆ ਦੇ ਵਿੱਚ ਤੁਹਾਡੀ ਪਲੈਨਿੰਗ ਕੀ ਹੈ ਉਹ ਯਾਨੀ ਫਿਊਚਰ ਪਲੈਨਿੰਗ ਜਿਹੜੀ ਹੈ ਉਹ ਜੇਕਰ ਸਹੀ ਢੰਗ ਨਾਲ ਕੀਤੀ ਹੈ ਤਾਂ ਪ੍ਰੋਬਲਮ ਨਹੀਂ ਹੋ ਰਹੀ। ਉਸ ਤੋਂ ਬਾਅਦ ਆਏ ਨੇ ਵਰਕ ਪਰਮਿਟ ਦੇ। ਵਰਕ ਪਰਮਿਟ ਦੇ ਕੇਸ ਦੇ ਵਿੱਚ ਕਾਫੀ ਜ਼ਿਆਦਾ ਰਿਜ਼ਲਟ ਡਿਲੇ ਹੋ ਰਹੇ ਨੇ। ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਵਰਕ ਪਰਮਿਟ। ਵਰਕ ਪਰਮਿਟ ਦੇ ਜਿਹੜੀਆਂ ਲੋਅ ਵੇਜ ਦੀਆਂ LMIA ਨੇ ਉਹਨਾਂ ਦੇ ਰਿਜੈਕਸ਼ਨ ਥੋੜ੍ਹੇ ਜਿਹੇ ਸ਼ੁਰੂ ਹੋ ਗਏ ਨੇ ਜਿਹੜੀਆਂ ਪਹਿਲਾਂ ਦੀਆਂ ਲੱਗੀਆਂ ਸੀਗੀਆਂ, ਅਤੇ ਲੋਅ ਵੇਜ LMIA 'ਤੇ ਨੈਕਸਟ 'ਤੇ ਬਿਲਕੁਲ ਹੀ ਬ੍ਰੇਕ ਲਗਾ ਦਿੱਤੀ ਗਈ ਹੈ। ਜਿਹੜਾ 20% ਕੋਟਾ ਸੀਗਾ ਉਹਨੂੰ 10% ਕਰ ਦਿੱਤਾ ਗਿਆ, ਯਾਨੀ ਓਵਰਆਲ ਸਟਰੈਂਥ ਦਾ 10% ਹਿੱਸਾ ਹੀ ਤੁਸੀਂ ਫੋਰਨਰ ਵਰਕਰ ਹਾਇਰ ਕਰ ਸਕਦੇ ਹੋ, ਇਹ ਕਿਹਾ ਗਿਆ। ਹੁਣ ਉਹਦੇ ਵਿੱਚ ਇੰਪਲੋਇਰ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਕਈ ਵਾਰ ਜਿਹੜਾ ਉਹ ਕੁਐਸਚਨ ਮਾਰਕ ਬਣ ਜਾਂਦਾ ਹੈ, ਅਤੇ ਮੋਸਟਲੀ ਰਿਜ਼ਿਊਜ਼ਰ ਜਿਹੜਾ ਉਸ ਕਰਕੇ ਰਿਜੈਕਟ ਹੁੰਦਾ ਹੈ, ਅਤੇ ਉਸ ਤੋਂ ਇਲਾਵਾ ਜਿਹੜੀ ਤੁਹਾਡੀ ਤੁਸੀਂ ਐਕਸਪੀਰੀਅੰਸ ਆਪਣਾ ਦਿਖਾਇਆ ਹੁੰਦਾ ਉਸ ਐਕਸਪੀਰੀਅੰਸ ਨੂੰ ਲੈ ਕੇ ਵੀ ਕਈ ਵਾਰੀ ਕੁਐਸਚਨ ਖੜਾ ਹੋ ਜਾਂਦਾ ਹੈ, ਅਤੇ ਤੁਹਾਡੀਆਂ ਕਹਿ ਸਕਦਾ ਕਿ ਇਹਨਾਂ ਸਾਰੀਆਂ ਗਰਾਊਂਡਸ ਨੂੰ ਆਧਾਰ ਬਣਾ ਕੇ ਤੁਹਾਡਾ ਵੀਜ਼ਾ ਜਿਹੜਾ ਉਹ ਰਿਫਿਊਜ਼ ਹੋ ਜਾਂਦਾ। ਸੋ ਵਰਕ ਪਰਮਿਟ ਦਾ ਜੇਕਰ ਹੁਣ ਦੀ ਗੱਲ ਕੀਤੀ ਜਾਵੇ, ਪਿਛਲੇ ਤਕਰੀਬਨ 15-20 ਦਿਨ ਤੋਂ ਜਿੰਨੇ ਕੁ ਰਿਜ਼ਲਟ ਮੇਰੇ ਕੋਲ ਜਿੰਨੀਆਂ ਕੁਐਰੀਜ਼ ਆਈ ਨੇ ਉਹਦੇ ਵਿੱਚ ਲਗਭਗ 50-50% ਹੀ ਹੈ, ਯਾਨੀ ਕਿ ਲਗਭਗ 60% ਕਹਿ ਸਕਦੇ ਹੋ, 60% ਹੀ ਹੈ, ਯਾਨੀ 10 ਚੋਂ ਤਕਰੀਬਨ 6 ਫਾਈਲਾਂ ਅਪਰੂਵ ਹੋ ਰਹੀਆਂ ਨੇ, 4 ਫਾਈਲਾਂ ਰਿਜੈਕਟ ਹੋ ਰਹੀਆਂ। ਨਹੀਂ ਤਾਂ ਕਦੇ ਵਰਕ ਪਰਮਿਟ ਦਾ 90% ਦੇ ਲਾਗੇ ਬੰਨੇ ਰਿਜ਼ਲਟ ਹੁੰਦਾ ਸੀਗਾ, ਇੱਕ ਅੱਧੀ ਫਾਈਲ ਰਿਜੈਕਟ ਹੁੰਦੀ ਸੀ 10 ਚੋਂ। ਸੋ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਕੁਐਸਚਨ ਮਾਰਕ ਜ਼ਰੂਰ ਹੈ। ਸੋ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕਿ ਇਸ ਨੂੰ SOP ਛੱਪ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਧੰਨਵਾਦ।